ਦੁਸਹਿਰਾ ਮਹੋਤਸਵ ਦੀ ਸ਼ੁਰੂਆਤ ਜੋ ਪ੍ਰਭੂ ਸ਼੍ਰੀ ਰਾਮ ਜੀ ਦਾ ਮਹੋਤਸਵ ਦੁਸਹਿਰਾ ਗਰਾਉਂਡ ਚ ਮਨਾਇਆ ਜਾਂਦਾ ਹੈ, ਅੱਜ ਉਸ ਦੀ ਸ਼ੁਰੂਆਤ ਹੈ। ਤੇ ਸਕੂਲ ਦੇ ਪ੍ਰਾਂਗਣ ਚ ਸੁੰਦਰਕਾਂਡ ਜੀ ਦਾ ਪਾਠ ਚੱਲ ਰਿਹਾ ਹੈ ਤੇ ਇਹਦੇ ਤੋਂ ਬਾਅਦ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੇ ਅਨੰਨਿਆ ਭਗਤ ਸ਼੍ਰੀ ਹਨੂੰਮਾਨ ਜੀ ਮਹਾਰਾਜ ਜੀ ਦਾ ਅੱਜ ਝੰਡਾ ਚੜਾਇਆ ਜਾਏਗਾ, ਜੋ ਕਿ ਸਨਾਤਨ ਧਰਮ ਸਕੂਲ ਤੋਂ ਚੱਲਦੇ ਹੋਏ ਸ਼ਹਿਰ ਦੇ ਮੁੱਖ ਬਾਜ਼ਾਰਾਂ ਚੋਂ ਹੋ ਕੇ ਸਵਾਮੀ ਮੋਹਨਾਨੰਦ ਜੀ ਦੀ ਬਗੀਚੀ ਚ ਪਹੁੰਚ ਕੇ ਉੱਥੇ ਝੰਡਾ ਚੜਾਇਆ ਜਾਏਗਾ, ਪੂਜਾ ਅਰਚਨਾ ਹੋਏਗੀ ਔਰ ਦੁਸਹਿਰਾ ਮਹੋਤਸਵ ਦਾ ਅੱਜ ਤੋਂ ਆਰੰਭ ਹੋਇਆ। ਜਦੋਂ ਦੁਸਹਿਰਾ ਦਾ ਮੇਲਾ ਸ਼ੁਰੂ ਹੋ ਜਾਣਾ, ਸ਼ੁਰੂਆਤ ਹੋ ਜਾਣੀ ਆ, ਉਹਦੇ ਵਿੱਚ ਕੀ ਕਾਰਜਕ੍ਰਮ ਹੈਗਾ ਜਿੱਦਾਂ ਰਾਮ ਵਿਵਾਹ? ਉਹਦੇ ਵਿੱਚ 2 ਤਰੀਕ ਤੋਂ ਪ੍ਰੋਗਰਾਮ ਸ਼ੁਰੂ ਨੇ, ਬ੍ਰਹਮਾ ਜੀ ਦੀ ਝਾਕੀ ਹੋਏਗੀ ਤੇ 7 ਤਰੀਕ ਨੂੰ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਵਿਵਾਹ ਦੀ ਸ਼ੋਭਾ ਯਾਤਰਾ ਸਨਾਤਨ ਧਰਮ ਸਕੂਲ ਤੋਂ ਚੱਲ ਕੇ ਹੀ ਬਿਨ ਬਿਨ ਬਾਜ਼ਾਰਾਂ ਤੋਂ ਹੁੰਦੇ ਹੋਏ ਸ਼ਕਤੀ ਮੰਦਿਰ ਜਾਏਗੀ, ਜਿੱਥੇ ਪ੍ਰਭੂ ਦੇ ਵਿਵਾਹ ਦਾ ਪ੍ਰੋਗਰਾਮ ਹੋਏਗਾ ਤੇ 12 ਤਰੀਕ ਨੂੰ
ਦੁਸਹਿਰਾ ਗਰਾਊਂਡ ਦੇ ਵਿੱਚ ਰਾਵਣ ਵੱਧ ਹੋਏਗਾ ਔਰ ਦੁਸਹਿਰੇ ਦਾ ਮਹੱਤਵ ਜਿੱਦਾਂ ਹਰ ਸਾਲ ਮਨਾਇਆ ਜਾਂਦਾ ਹੈ, ਇਸ ਸਾਲ ਵੀ ਸਾਰੇ ਹੀ ਸਾਥੀਆਂ ਨਾਲ ਬਹੁਤ ਉਤਸ਼ਾਹ ਦੇ ਨਾਲ ਬਹੁਤ ਹੀ ਲਗਨ ਦੇ ਨਾਲ ਮਨਾਉਣ ਜਾ ਰਹੇ ਹਾਂ ਔਰ ਅਸੀਂ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਦੇ ਵਿੱਚ ਬਾਹਰ ਤੋਂ ਝਾਕੀਆਂ ਬੈਂਡ ਬਾਜੇ ਤਰਾਸ਼ੇ ਜੋ ਕਿ ਦੇਖਣ ਯੋਗ ਹੋਣਗੇ। ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਹਰ ਪ੍ਰੋਗਰਾਮ ਦੇ ਅੰਦਰ ਪਹੁੰਚ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਕਿ ਇਸ ਵਾਰ ਵੀ ਕੋਈ ਰਾਜਨੀਤਿਕ ਵੱਡੀ ਹਸਤੀ ਦੇ ਪਹੁੰਚਣ ਦੀ ਉਮੀਦ ਹੈ ਕੋਈ? ਏਦਾਂ ਨਾ ਜੀ, ਹਰ ਸਾਲ ਦੀ ਤਰ੍ਹਾਂ ਸਾਡੇ ਜਿਹੜੇ ਹੁਸ਼ਿਆਰਪੁਰ ਦੀ ਲੀਡਰਸ਼ਿਪ ਹੈ ਉਹਦਾ ਤਾਂ ਅਸੀਂ ਸਵਾਗਤ ਕਰਦੇ ਹੀ ਹਾਂ। ਬਾਕੀ ਹਾਲੇ ਤੱਕ ਫਿਲਹਾਲ ਦੀ ਘੜੀ ਦੇ ਵਿੱਚ ਕੋਈ ਪ੍ਰੋਗਰਾਮ ਐਸਾ ਨਹੀਂ ਹੈਗਾ ਕਿ ਬਾਹਰੋਂ ਕੋਈ ਵਿਸ਼ੇਸ਼ ਤਿਥੀ ਦਾ ਕੋਈ ਪ੍ਰੋਗਰਾਮ ਹੈ। ਕੋਈ 2-4-5 ਦਿਨ ਚ ਪਤਾ ਲੱਗ ਜਾਏਗਾ ਤਾਂ ਤੁਹਾਨੂੰ ਜ਼ਰੂਰ ਸੂਚਨਾ ਦਿੱਤੀ ਜਾਏਗੀ। ਫਿਲਹਾਲ ਜਿਹੜੀ ਸਾਡੇ ਸ਼ਹਿਰ ਦੀ ਲੀਡਰਸ਼ਿਪ ਹੈ ਹਰ ਪਾਰਟੀ ਦੇ ਨੁਮਾਇੰਦੇ ਉੱਥੇ ਪਹੁੰਚਣਗੇ ਔਰ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ।